ਕੱਲ ਵੀ ਵੀਰ ਸਾਡੇ ਗੋਲਾ ਸਾਡੇ ਵੀਲਚੇਅਰ ਦੇ ਵਿੱਚ ਹੀ ਡਿੱਗੇ ਜਾ ਕੇ ਇੱਕ ਅਤਰੂ ਵੈਦ ਦਾ ਗੋਲਾ। ਕਿਵੇਂ ਪੈਲਟ ਕਦੋਂ ਲੱਗੇ ਤੁਹਾਡੇ, ਕਦੋਂ ਅੱਗੇ ਜਾ ਰਹੇ ਸੀ? ਇੱਥੇ ਵਿੱਚ ਮੌਜੂਦ, ਇੱਥੇ ਅੱਗੇ ਵੱਧ ਰਹੇ ਤੇ ਉੱਤੇ ਪੈਲਟ ਲੱਗੇ ਹੋਏ ਜਾ, ਦੇਖੋ ਛਰੇ ਲੱਗਾ ਹੋਇਆ ਜੀ ਵਾਲਾ ਵੀ। ਇਹ ਕਿਸਾਨਾਂ ਦੇ ਨਾਲ ਇੱਕ ਮੁੰਡੇ ਮੁੰਡਾ ਜੋੜਨਾ ਸਾਡਾ ਫਰਜ਼ ਹੈ ਜੀ। ਜੇ ਅੱਜ ਵੀ ਸਾਡੀਆਂ ਜ਼ਮੀਰਾਂ ਨਹੀਂ ਜਾਗੀਆਂ ਤਾਂ ਕੱਲ੍ਹ ਕਦੇ ਵੀ ਨਹੀਂ ਜਾਗਣੀਆਂ। ਜੇ ਅਸੀਂ ਇਹ ਗੋਲੀਆਂ ਤੋਂ ਡਰਨਾ ਹੁੰਦਾ ਤਾਂ ਫਿਰ ਤਾਂ ਸਾਨੂੰ ਘਰੇ ਹੀ ਪਤਾ ਸੀਗਾ ਵੀ ਕਿੰਨੀ ਕੁ ਪਾਬੰਦੀ ਉੱਥੇ ਕਰ ਰੱਖੀ। ਡੇਕਾਂ ਤੋਂ ਕੋਈ ਗੱਲ ਨਹੀਂ ਹੈਗੀ, ਸਾਨੂੰ ਕੋਈ ਡਰ ਹੀ ਨਹੀਂ ਇਹ ਚੀਜ਼ ਦਾ। ਪਹਿਲਾਂ ਵੀ ਦੇਖੋ ਆਪਾਂ ਦਿੱਲੀ ਜਿੱਤੀ ਹੈ, ਹੁਣ ਵੀ ਜਿੱਤੂਗੇ। ਇਹ ਮੋਦੀ ਸਰਕਾਰ ਦੀਆਂ ਜੋ ਘਟੀਆ ਚਾਲ ਆ ਨਾ, ਇਹ ਆਪਾਂ ਪਾਸ ਨਹੀਂ ਹੋਣ ਦੇ। ਸ਼ੰਭੂ ਬਾਰਡਰ ਦੇ ਉੱਤੇ ਇਸ ਵੇਲੇ ਅਸੀਂ ਮੌਜੂਦ ਹਾਂ ਔਰ ਹਾਲਾਤ ਤੁਸੀਂ ਪਿਛਲੇ 2 ਦਿਨਾਂ ਤੋਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਨੇ। ਲਗਾਤਾਰ ਸ਼ੰਭੂ ਬਾਰਡਰ ਦੇ ਉੱਤੇ ਜਿਹੜੇ ਉੱਥੇ ਜਵਾਨ ਇਸ ਵੇਲੇ ਖੜ੍ਹੇ ਹੋਏ ਨੇ, ਉਹ ਲਗਾਤਾਰ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਦਾਗਦੇ ਹੋਏ ਨਜ਼ਰ ਆਉਂਦੇ ਨੇ। ਲਗਾਤਾਰ ਤੁਸੀਂ ਵੇਖੋਗੇ ਜਿਹੜੇ ਉੱਥੇ ਤੁਹਾਨੂੰ ਪੈਰਾਮਿਲਟਰੀ ਫੋਰਸਿਸ ਦੇ ਜਵਾਨ ਨਜ਼ਰ ਆ ਰਹੇ ਹੋਣਗੇ, ਉਹ ਲਗਾਤਾਰ ਇੱਥੇ ਖੜ੍ਹੇ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਮਾਰਦੇ ਨੇ ਔਰ ਸੜਕ ਦੇ ਉੱਤੇ ਤੁਹਾਨੂੰ ਸ਼ੈਲ ਹੀ ਸ਼ੈਲ ਨਜ਼ਰ ਆਉਣਗੇ। ਤਾਂ ਪਰ ਇੱਕ ਵਿਲੱਖਣ ਤਸਵੀਰ ਇਹ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਜਿੱਥੇ ਕਿਸਾਨ ਆ ਕੇ ਇੱਥੇ ਖੜ੍ਹੇ ਹੁੰਦੇ ਸੀਗੇ, ਆ ਕੇ ਇਹਨਾਂ ਦੇ ਵੱਲੋਂ ਉੱਥੇ ਇੰਤਜ਼ਾਰ ਕੀਤਾ ਜਾਂਦਾ ਸੀ ਆਪਣੇ ਆਗੂਆਂ ਦਾ ਕਿ ਆ ਕੇ ਆਗੂ ਜੋ ਵੀ ਸਾਨੂੰ ਮੈਸੇਜ ਦੇਣਗੇ, ਜੋ ਸੁਨੇਹਾ ਦੇਣਗੇ, ਅਸੀਂ ਉਸਦੀ ਪਾਲਣਾ ਕਰਦੇ ਹੋਏ ਫਿਰ ਅਗਲਾ ਐਕਸ਼ਨ ਲਵਾਂਗੇ। ਤਾਂ ਇਹ 3 ਤੁਸੀਂ ਦੇਖ ਸਕਦੇ ਹੋ ਵੀਰ ਹੋਣੀ ਇੱਥੇ ਇਸ ਵੇਲੇ ਵੀਰ ਚੇਅਰ ਦੇ ਉੱਤੇ ਹਾਲਾਂਕਿ ਭਾਵੇਂ ਮੌਜੂਦ ਨੇ, ਪਰ ਇੱਥੇ ਇਹਨਾਂ ਦੇ ਵੱਲੋਂ ਖੜ੍ਹੇ ਹੋ ਕੇ ਆਪਣੇ ਹੀ ਨਾਲ ਸਾਥੀਆਂ ਦਾ ਜਿਹੜਾ ਹੈ ਉਹ ਸਾਥ ਦਿੱਤਾ ਜਾ ਰਿਹਾ। ਬਾਈ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਮੇਰਾ ਨਾਮ ਸ਼ੇਰ ਸਿੰਘ ਹੈ ਜੀ, ਮੈਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹਾਂ ਜੀ। ਮੈਂ ਤਾਂ ਸ਼ੇਰ ਸਿੰਘ ਜੀ ਤੁਹਾਡੇ ਬਾਰੇ ਜਾਣਨਾ ਚਾਹਾਂਗੇ, ਤੁਹਾਡੇ ਕੁਝ ਸੱਟਾਂ ਵੀ ਲੱਗੀਆਂ ਸੀ, ਪੈਲਟ ਵੀ ਲੱਗੇ ਸੀ, ਠੀਕ ਹੋ ਹੁਣ ਤੁਹਾਡੀ ਸਿਹਤ ਠੀਕ ਹੈ? ਹਾਂ ਵੀਰ ਜੀ, ਬਿਲਕੁਲ ਓਕੇ ਸਿਹਤ ਹੈ ਜੀ, ਕੋਈ ਦਿੱਕਤ ਨਹੀਂ ਹੈ। ਕਿਵੇਂ ਪੈਲਟ ਕਦੋਂ ਲੱਗੇ ਤੁਹਾਡੇ, ਕਦੋਂ ਅੱਗੇ ਜਾ ਰਹੇ ਸੀ? ਇੱਥੇ ਮੌਜੂਦ ਸੀ? ਇੱਥੇ ਵਿੱਚ ਮੌਜੂਦ, ਇੱਥੇ ਜੀ ਅੱਗੇ ਵੱਧ ਰਹੇ ਸੀ ਉੱਤੇ ਪੈਲਟ ਲੱਗੇ ਹੋਏ ਜਾ, ਦੇਖੋ ਛਰੇ ਲੱਗਾ ਹੋਇਆ ਜੀ ਵਾਲਾ ਵੀਰ ਜੀ, ਅਤੇ ਇੱਥੇ ਮੌਜੂਦ ਸੀ ਕੱਲ੍ਹ ਵੀ ਆਪਾਂ। 2 ਦਿਨ ਹੋ ਗਏ ਲਗਾਤਾਰ ਲੜਦੇ ਹੁਣ ਇੱਥੇ ਜੀ। ਹਾਂਜੀ, ਹਾਲਾਂਕਿ ਉਹ ਉਧਰੋਂ ਜਵਾਨ ਡਟੇ ਹੋਏ ਨੇ, ਇੱਧਰ ਕਿਸਾਨ ਡਟੇ ਹੋਏ ਨੇ, ਕੀ ਸੁਨੇਹਾ ਕੀ ਉਹਨਾਂ ਨੂੰ ਜਿਹੜੇ ਉੱਥੇ ਬੈਠੇ, ਉੱਥੇ ਗੋਲੀਆਂ ਚਲਾਈ ਜਾਂਦੇ ਨੇ, ਸ਼ਰਲੇ ਚਲਾਈ ਜਾਂਦੇ ਨੇ, ਅਥਰੂ ਗੈਸ ਦੇ ਗੋਲੇ ਮਾਰੀ? ਵੀਰ ਜੀ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹਾਲੇ ਤੱਕ ਵੀ ਵੀਰ ਜੀ ਆਪਾਂ ਸ਼ਾਂਤਮਈ ਤਰੀਕੇ ਨਾਲ ਚੱਲੇ ਹੋਏ ਸਾਰੇ ਕਿਸਾਨ, ਕੋਈ ਵੀ ਸਾਡੇ ਕੋਲ ਅਸਲਾ ਨਹੀਂ, ਕੋਈ ਵੀ ਸਾਡੇ ਕੋਲ ਕੁਛ ਵੀ ਨਹੀਂ ਹੈ, ਫਿਰ ਵੀ ਸਾਡੇ 'ਤੇ ਅਥਰੂ ਗੋਲੇ ਚਲਾ ਰਹੇ, ਪਿੱਤਲ ਚਲਾ ਰਹੇ ਜੀ, ਪਲਾਸਟਿਕ ਗੋਲੀਆਂ ਚਲਾ ਰਹੇ ਆ ਜੀ, ਆਪਾਂ ਕੁਛ ਵੀ ਨਹੀਂ ਕਰੇ, ਆਪਾਂ ਬਿਲਕੁਲ ਆਰਾਮ ਨਾਲ ਚਲੇ ਹੋਏ, ਸ਼ਾਂਤਮਈ ਤਰੀਕੇ ਨਾਲ ਚੱਲੇ ਹੋਏ ਵੀਰ ਜੀ, ਫਿਰ ਵੀ ਸਾਡੇ 'ਤੇ ਗੋਲੇ ਚਲਾ ਰਹੇ ਜੀ, ਇਹਨਾਂ ਥੋੜ੍ਹਾ ਸ਼ਰਮ ਕਰਨੀ ਚਾਹੀਦੀ ਸਰਕਾਰਾਂ ਨੂੰ ਜੀ। ਇੱਥੇ ਆਉਣ ਦੇ ਲਈ ਕਿਹੜੀ ਚੀਜ਼ ਨੇ ਤੁਹਾਨੂੰ ਪ੍ਰੇਰਿਤ ਕੀਤਾ ਕਿ ਤੁਹਾਨੂੰ ਲੱਗਿਆ ਕਿ ਇੱਥੇ ਜਾਣਾ ਚਾਹੀਦਾ ਔਰ ਇੱਥੇ ਜਾ ਕੇ ਕਿਸਾਨਾਂ ਦੇ ਨਾਲ ਸਾਥ ਦੇਣਾ ਚਾਹੀਦਾ? ਵੀ ਜੀ ਦੇਖੋ, ਇਕੱਲੇ ਕਿਸਾਨ ਦੀ ਗੱਲ ਨਹੀਂ ਹੈ ਵੀ, ਸਾਰੇ ਪੂਰੇ ਆਪਣੇ ਜੋ ਹਿੰਦੁਸਤਾਨੀ ਆਪਣੇ ਪੂਰੇ ਇੰਡੀਆ ਦੀ ਗੱਲ ਹੈ ਵੀਰ ਜੀ, ਪੂਰੇ ਕਿਸਾਨਾਂ ਦੀ ਗੱਲ ਹੈ ਵੀਰ ਜੀ, ਅਤੇ ਕਿਸਾਨਾਂ ਦੇ ਨਾਲ ਇੱਕ ਮੁੰਡੇ ਮੁੰਡਾ ਜੋੜਨਾ ਸਾਡਾ ਫਰਜ਼ ਹੈ ਜੀ। ਜੇ ਅੱਜ ਵੀ ਸਾਡੀਆਂ ਜ਼ਮੀਰਾਂ ਨਹੀਂ ਜਾਗੀਆਂ ਤਾਂ ਕੱਲ੍ਹ ਕਦੇ ਵੀ ਨਹੀਂ ਜਾਗਣੀ ਜੀ। ਸਾਡੇ ਆਉਣ ਵਾਲੀ ਜਨਰੇਸ਼ਨ ਸਾਨੂੰ ਕੀ ਪੁੱਛੇਗੀ ਵੀ ਹਾਂ ਜਦੋਂ ਲੜਾਈ ਦਾ ਟਾਈਮ ਹੋਇਆ ਤੁਸੀਂ ਪਿੱਛੇ ਘਰਾਂ 'ਚ ਲੁੱਕ ਗਏ, ਚੂੜੀਆਂ ਪਾ ਕੇ ਲੁੱਕ ਗਏ ਤੁਸੀਂ ਘਰਾਂ 'ਚ, ਕੀ ਜਵਾਬ ਦੇਵੋਗੇ ਆਉਣ ਵਾਲੀ ਜਨਰੇਸ਼ਨ ਨੂੰ? ਇਸ ਕਰਕੇ ਅਸੀਂ ਅੱਗੇ ਵਧੇ ਹੋਏ ਹਾਂ ਜੀ। ਹਾਂਜੀ, ਸਾਰੇ ਨਾਲ ਹੀ ਹੋ ਤੁਸੀਂ ਕਿ ਇੱਥੇ ਆ ਕੇ ਸਾਥ ਬਣੇ? ਨਹੀਂ ਨਹੀਂ, ਇੱਥੇ ਇਕੱਠੇ ਆਏ ਹਾਂ ਅਸੀਂ, ਇਕੱਠੇ ਅਸੀਂ ਹਾਂ 3 ਦਿਨ ਤੋਂ ਅਸੀਂ ਇੱਥੇ ਹੀ ਹਾਂ ਇਕੱਠੇ। ਹਾਂਜੀ ਹਾਂਜੀ, ਇਹ ਜਦੋਂ ਘਰੋਂ ਦੀ ਆਏ ਨਿਕਲੇ ਤਾਂ ਘਰਦਿਆਂ ਨੇ ਵੀ ਕਿਹਾ ਕਿ ਨਾ ਜਾਓ ਉੱਥੇ, ਕਿਉਂਕਿ ਤੁਸੀਂ ਤਾਂ ਪਹਿਲਾਂ ਹੀ ਆਪ ਚੇਅਰ ਦੇ ਉੱਤੇ ਹੈਗੇ ਹੋ, ਕੁਛ 19 ਕੀ ਘਟਨਾ ਨਾ? ਨਹੀਂ ਨਹੀਂ, ਇਹ ਇੱਦਾਂ ਦੀ ਗੱਲ ਨਹੀਂ ਹੈਗੀ, ਕੋਈ ਘਰਦਿਆਂ ਨੇ ਸਾਨੂੰ ਬੋਲੀ, ਕਿਉਂਕਿ ਜੋ ਆਪਣੇ ਏਕਦਾ ਲੜਾਈ ਹੈ ਸਾਡੀ, ਜਾਣੀ ਕਿ ਇਕੱਠੀ ਲੜਾਈ ਹੈ, ਇਹ ਇਕੱਲੇ ਦੀ ਲੜਾਈ ਨਹੀਂ ਹੈਗੀ। ਘਰਦਿਆਂ ਨੇ ਕਿਹਾ ਕੋਈ ਗੱਲ ਨਹੀਂ ਬੇਟਾ, ਖੁਸ਼ੀ ਖੁਸ਼ੀ ਜਾਓ, ਆਪਣੇ ਹੱਕ ਵਾਸਤੇ ਜਾਓ, ਕਿਉਂਕਿ ਇਹ ਆਪਣਾ ਹੱਕ ਹੈ, ਇਹ ਲੜਾਈ ਜੋ ਆਪਾਂ ਲੜਨੀ ਹੈ ਆਪਣਾ ਹੱਕ ਹੈ। ਪਹਿਲਾਂ ਵੀ ਦੇਖੋ ਆਪਾਂ ਦਿੱਲੀ ਜਿੱਤੀ ਹੈ, ਹੁਣ ਵੀ ਜਿੱਤੂਗੇ। ਇਹ ਮੋਦੀ ਸਰਕਾਰ ਦੀਆਂ ਜੋ ਘਟੀਆ ਚਾਲਾਂ ਨਾ, ਇਹ ਆਪਾਂ ਪਾਸ ਨਹੀਂ ਹੋਣ ਦੇਣੀਆਂ।
ਲੱਗਦਾ ਤੁਸੀਂ ਪਹਾਲਾ ਕਿ ਇੱਥੇ ਵੀਲ ਚੇਅਰ ਦੇ ਉੱਤੇ ਬੈਠੇ ਹੋਏ ਹੋ, ਪਰ ਜਿਹੜੇ ਉੱਥੇ ਜਵਾਨ ਖੜ੍ਹੇ ਹੋਏ ਨੇ ਉਹ ਕਹਿੰਦੇ ਉਹਨਾਂ 'ਚ ਤਾਂ ਕੋਈ ਦਿਲ ਨਹੀਂ ਹੈ, ਕੋਈ ਉਹਨਾਂ ਦੇ ਅੰਦਰ ਮਨ ਦੇ ਅੰਦਰ ਦਰਦ ਨਹੀਂ ਹੈਗਾ, ਮਾੜਾ ਮੋਟਾ ਤਰਸ ਆਊਗਾ ਦੇਖ ਕੇ ਤੁਹਾਨੂੰ ਹੀ ਕਿ ਘੱਟੋ ਘੱਟ ਜਿਹੜੇ ਵੀਰ ਇੱਥੇ ਵੀਲ ਚੇਅਰ ਦੇ ਉੱਤੇ ਬੈਠੇ ਹੋਏ ਹਾਂ ਅਸੀਂ ਉਹਨਾਂ ਦੇ ਉੱਤੇ ਤਾਂ ਨਹੀਂ ਅਥਰੂ ਗੈਸ ਦੇ ਗੋਲੇ ਮਾਰੀ, ਉਹਨਾਂ ਦੇ ਉੱਤੇ ਅਸੀਂ ਗੋਲੀਆਂ ਨਾ ਮਾਰੀ। ਕੱਲ੍ਹ ਵੀ ਵੀਰ ਸਾਡੇ ਗੋਲਾ ਸਾਡੇ ਵੀਲ ਚੇਅਰ ਦੇ ਵਿੱਚ ਹੀ ਡਿੱਗੇ ਜਾ ਕੇ ਇੱਕ ਅਥਰੂ ਗੈਸ ਦਾ ਗੋਲਾ ਜੀ, ਕੋਈ ਚੱਕਰ ਨਹੀਂ, ਸੱਟਣ ਦੇ ਗੋਲੇ ਜੀ ਇਹਨਾਂ ਨੂੰ ਕਿੰਨੇ ਸੱਟਦੇ ਆ ਜੀ। ਸਾਨੂੰ ਉਹ ਚੀਜ਼ਾਂ ਦਾ ਕੋਈ ਡਰ ਨਹੀਂ ਹੈਗਾ ਵੀਰੇ, ਉਹ ਸਾਡੇ ਉੱਤੇ ਗੋਲੀਆਂ ਬਰਸਾਉਂਦੇ ਆ ਜਾਂ ਗੋਲੇ ਡੇਗਦੇ ਆ, ਡੇਗਣ ਤੋਂ ਕੋਈ ਗੱਲ ਨਹੀਂ ਹੈਗੀ, ਸਾਨੂੰ ਕੋਈ ਡਰ ਹੀ ਨਹੀਂ ਇਹ ਚੀਜ਼ ਦਾ, ਕਿਉਂਕਿ ਅਸੀਂ ਆਪਣੇ ਹੱਕ ਵਾਸਤੇ ਹੈ, ਆਪਣਾ ਹੱਕ ਲੈ ਕੇ ਹੀ ਜਾਊਂਗੇ। ਤਾਂ ਬਾਈ ਜੀ ਕਿਵੇਂ, ਤੁਸੀਂ ਵੀ ਨਾਲ ਹੀ ਡਟੇ ਹੋਏ ਹੋ, ਤੀਸਰਾ ਦਿਨ ਹੋ ਚੱਲਿਆ, ਲੱਗਦਾ ਕਿ ਥੋੜ੍ਹਾ ਬਹੁਤਾ ਅਸਰਾ ਜਿਨ੍ਹਾਂ ਦੇ ਉੱਤੇ ਹੈ ਪਿਆ ਉਹ ਹੈਗਾ, ਔਰ ਕੋਈ ਇਹਨਾਂ ਨੇ ਅੱਜ ਜਿਵੇਂ ਸਵੇਰ ਤੋਂ ਹੀ ਸ਼ੁਰੂ ਹੋ ਜਾਂਦੇ ਸੀ ਗੋਲੇ ਦਾਗਣੇ, ਅੱਜ ਗੋਲੇ ਨਹੀਂ ਦਾਗੇ? ਨਹੀਂ ਹਾਲੇ ਤੱਕਰ ਤਾਂ ਜੀ ਕੋਈ ਨਹੀਂ ਦਾਗੇ ਗਏ, ਬਾਕੀ ਵੀ ਹਲੇ ਟਾਈਮ ਦੇ ਰੱਖਿਆ, ਅਸੀਂ ਵੀ ਖੜ੍ਹੇ ਹਾਂ ਜੀ, ਤਾਂ ਦੇਖੋ ਉਸ ਤੋਂ ਬਾਅਦ ਉਹ ਕੀ ਬਣਦਾ, ਜੇ ਤਾਂ ਬਣ ਗਿਆ ਕੋਈ ਮੀਟਿੰਗ 'ਚ ਹੀਲਾ ਠੀਕ ਹੈ, ਨਹੀਂ ਫਿਰ ਅਸੀਂ ਅੱਗੇ ਦਿੱਲੀ ਨੂੰ ਕੂਚ ਕਰਾਂਗੇ ਜੀ, ਕਿਉਂਕਿ ਅਸੀਂ ਤਾਂ ਆਪਣੇ ਹੱਕਾਂ ਲਈ ਆਏ ਹੋਏ ਹਾਂ ਜੀ। ਹਾਂ, ਜੋ ਹੱਕ ਨੇ, ਜੇ ਹੱਕ ਸਾਡੇ ਮਨਜ਼ੂਰ ਕਰੇਗੇ ਤਾਂ ਠੀਕ ਹੈ, ਨਹੀਂ ਕਰਨਗੇ ਤਾਂ ਫਿਰ ਤਾਂ ਦਿੱਲੀ ਤਾਂ ਜਾਣਾ ਹੀ ਪਊਗਾ ਜੀ, ਤਾਂ ਦਿੱਲੀ ਤਾਂ ਜਾਵਾਂਗੇ ਜਾਵਾਂਗੇ। ਬਾਰ ਬਾਰ ਇਹ ਗੋਲੀਆਂ ਮਾਰ ਕੇ ਅਥਰੂ ਗੈਸ ਦੇ ਗੋਲੇ ਸਿੱਟ ਕੇ, ਕੀ ਲੱਗਦਾ ਇਹ ਪੇਸ਼ੈਂਸ ਦਾ ਟੈਸਟ ਲੈਂਦੇ ਨੇ, ਇਹ ਦੇਖਦੇ ਨੇ, ਇਮਤਿਹਾਨ ਲੈਂਦੇ ਨੇ ਇਹ? ਨਹੀਂ, ਇਹ ਡਰਾਉਂਦੇ ਨੇ ਜੀ, ਅਸੀਂ ਡਰਨ ਵਾਸਤੇ ਥੋੜ੍ਹੀ ਨਾ ਆਏ ਹਾਂ ਉਰੇ, ਅਸੀਂ ਘਰ ਬਾਰ ਛੱਡ ਕੇ ਆਏ ਹਾਂ, ਸਾਡੇ 80 ਸਾਲਾਂ ਦੇ 90 ਸਾਲਾਂ ਦੇ ਬਜ਼ੁਰਗ ਸਾਡੇ ਨਾਲ ਆਏ ਹੋਏ ਨੇ, ਕਿ ਅਸੀਂ ਇਹ ਗੋਲੀਆਂ ਤੋਂ ਡਰਨਾ ਹੁੰਦਾ ਤਾਂ ਫਿਰ ਤਾਂ ਸਾਨੂੰ ਘਰ ਹੀ ਪਤਾ ਸੀਗਾ ਵੀ ਕਿੰਨੀ ਕੁ ਪਾਬੰਦੀ ਉੱਥੇ ਕਰ ਰੱਖੀ ਆ, ਨਹੀਂ ਸਾਨੂੰ ਇਸ ਚੀਜ਼ ਦਾ ਕੋਈ ਡਰ ਨਹੀਂ ਹੈਗਾ। ਹੌਸਲਾ ਕਿਹੜੀ ਚੀਜ਼ ਦਿੰਦੀ ਹੈ ਤੁਹਾਨੂੰ, ਜਿਵੇਂ ਇੱਥੇ ਤੁਸੀਂ ਬਿਲਕੁਲ ਡਟੇ ਹੋਏ ਹੋ, ਸਾਹਮਣੇ ਨਾਲ ਡਟੇ ਹੋਏ, ਕਿਹੜੀ ਚੀਜ਼ ਤੁਹਾਨੂੰ ਹੌਸਲਾ ਦਿੰਦੀ? ਨਹੀਂ, ਸਾਨੂੰ ਹੌਸਲਾ ਸਿਰਫ ਇੱਕ, ਸਾਡੇ ਮੰਗ ਨੇ ਜੀ, ਜੋ ਸਾਡੇ ਹੱਕ ਨੇ, ਸਾਡੇ ਹੱਕ ਸਾਨੂੰ ਦੇਣ ਤਾਂ ਅਸੀਂ ਵਾਪਸ ਵਗ ਜਾਵਾਂਗੇ ਜੀ, ਨਹੀਂ ਦੇਣਗੇ ਫਿਰ ਅਸੀਂ ਅਗਾਹਾਂ ਨੂੰ ਜਾਵਾਂਗੇ ਜੀ।